ਸਤਿ ਸ੍ਰੀ ਅਕਾਲ, ਮੈਂ ਕਮਲਰੀਤ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਇੱਕ ਵਾਰੀ ਮੁੱਖ ਖਬਰਾਂ ਤੇ। ਸੰਤੋਸ਼ ਚੌਧਰੀ ਨੂੰ ਮਨਾਉਣ ਗਏ ਆਸ਼ਾ ਕੁਮਾਰੀ, ਪਰਤੇ ਬੇਰੰਗ। ਸੰਨੀ ਦਿਓਲ ਨੂੰ ਉਮੀਦਵਾਰ ਐਲਾਨੇ ਜਾਣ ਤੇ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ। ਰਾਜਾ ਵੜਿੰਗ ਦੀ ਰੈਲੀ 'ਚ ਬਿਜਲੀ ਜਾਣ ਤੇ ਖੱਜਲ ਹੋਏ ਰਾਜਾ ਵੜਿੰਗ। ਮੋਗਾ 'ਚ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 1.5 ਕਿਲੋ ਹੈਰੋਇਨ ਸਣੇ ਇੱਕ ਤਸਕਰ ਕਾਬੂ। ਬਟਾਲਾ ਥਾਣੇ 'ਚੋਂ ਚੋਰ ਹੋਇਆ ਫਰਾਰ, ਪੁਲਿਸ ਦੀ ਕਾਰਗੁਜ਼ਾਰੀ ਹੋਈ ਸਵਾਲੀਆ। ਹੁਣ ਖਬਰਾਂ ਵਿਸਤਾਰ ਨਾਲ। ਹੁਸ਼ਿਆਰਪੁਰ ਤੋਂ ਟਿਕਟ ਦੇ ਚਾਹਵਾਨ ਸੰਤੋਸ਼ ਚੌਧਰੀ ਅੱਜਕੱਲ੍ਹ ਨਿਰਾਸ਼ ਚੱਲ ਰਹੇ ਨੇ, ਜਿਨ੍ਹਾਂ ਨੂੰ ਮਨਾਉਣ ਲਈ ਭਾਜਪਾ ਦੇ ਹੁਸ਼ਿਆਰਪੁਰ ਤੋਂ ਉਮੀਦਵਾਰ ਆਸ਼ਾ ਕੁਮਾਰੀ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ, ਜਿੱਥੇ ਉਹਨਾਂ ਨੂੰ ਬੇਰੰਗ ਪਰਤਣਾ ਪਿਆ। ਲੋਕ ਸਭਾ ਚੋਣਾਂ 2019 ਲਈ ਰਾਜਨੀਤਿਕ ਵਿਹੜਿਆਂ 'ਚ ਭੂਚਾਲ ਤੇ ਤੂਫਾਨ ਦੀਆਂ ਤਰਥਲੀਆਂ ਆਮ ਵੇਖਣ ਨੂੰ ਮਿਲ ਰਹੀਆਂ ਨੇ। ਸਿਆਸਤ ਭਾਵੇਂ ਦੇਸ਼ ਦੀ ਹੋਵੇ ਭਾਵੇਂ ਸੂਬੇ ਦੀ, ਸਾਰੀਆਂ ਸਟੇਜਾਂ ਤੇ ਸਿਆਸੀ ਖੇਡ ਖੂਬ ਖੇਡੇ ਜਾ ਰਹੇ ਨੇ। ਪੰਜਾਬ 'ਚ ਵੀ ਕਾਂਗਰਸ ਪਾਰਟੀ ਦੇ ਟਿਕਟ ਦੀ ਵੰਡ ਤੇ ਕੋਈ ਜਸ਼ਨ ਮਨਾ ਰਹੇ ਤੇ ਕੋਈ ਰੁਸ ਰੁਸ ਪਾਸੇ ਵੱਟ ਰਹੇ। ਹੁਸ਼ਿਆਰਪੁਰ ਲੋਕ ਸਭਾ ਸੀਟ ਤੇ ਵੀ ਦੋ ਬੀਬੀਆਂ ਦਾ ਰੁਸਨ ਮਨਾਉਣ ਵਾਲਾ ਸਲੀਕਾ ਕੁਝ ਰਾਸ ਨਾ ਆਇਆ ਤੇ ਹੰਗਾਮੇ ਦੀ ਭੇਟ ਚੜ ਗਿਆ। ਹੁਸ਼ਿਆਰਪੁਰ ਲੋਕ ਸਭਾ ਸੀਟ ਤੇ ਦੋ ਬੀਬੀਆਂ ਦਾ ਤੂਮਰ ਤੂਮਰ ਵਾਲਾ ਹਾਲ ਹੁੰਦਾ ਹੁੰਦਾ ਬਚਿਆ। ਅਸੀਂ ਗੱਲ ਕਰ ਰਹੇ ਹਾਂ ਕਾਂਗਰਸੀ ਲੀਡਰ ਬੀਬੀ ਆਸ਼ਾ ਕੁਮਾਰੀ ਤੇ ਸੰਤੋਸ਼ ਚੌਧਰੀ ਦੀ, ਤੇ ਮਾਮਲਾ ਸੀ ਹੁਸ਼ਿਆਰਪੁਰ ਲੋਕ ਸੀਟ ਤੇ ਟਿਕਟਾਂ ਦੇ ਰਿੜਕੇ ਦਾ। ਦਰਅਸਲ ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਟਿਕਟ ਦੀ ਵੰਡ ਕਾਰਨ ਨਾਰਾਜ਼ ਹੋਈ ਸੰਤੋਸ਼ ਚੌਧਰੀ ਨੂੰ ਮਨਾਉਣ ਲਈ ਇਸ ਟਿਕਟ ਦੀ ਮੌਜੂਦਾ ਦਾਅਵੇਦਾਰ ਆਸ਼ਾ ਕੁਮਾਰੀ ਉਹਨਾਂ ਦੇ ਘਰ ਪਹੁੰਚੀ, ਪਰ ਉੱਥੇ ਤਾਂ ਸਿੱਧੀ ਦੀ ਪੁੱਟੀ ਹੀ ਪੈ ਗਈ। ਪਾਰਟੀ ਦੇ ਵਰਕਰਾਂ ਨੂੰ ਤਾਂ ਆਸ਼ਾ ਕੁਮਾਰੀ ਦੀ ਫੁੱਟੀ ਅੱਖ ਨਹੀਂ ਜੱਚ ਰਹੀ ਸੀ ਤੇ ਉੱਥੇ ਮੌਜੂਦਾ ਕਾਂਗਰਸੀ ਵਰਕਰਾਂ ਨੇ ਆਸ਼ਾ ਕੁਮਾਰੀ ਤੇ ਖੂਬ ਤੋਹਮਤਾਂ ਲਾਈਆਂ ਤੇ ਅੰਤ ਰੋਸ਼ਾ ਦੂਰ ਕਰਨ ਆਈ ਆਸ਼ਾ ਕੁਮਾਰੀ ਉੱਥੇ ਬੇਰੰਗ ਪਰਤ ਆਈ। ਜਦੋਂ ਪੱਤਰਕਾਰਾਂ ਨੇ ਬੀਬੀ ਜੀ ਤੋਂ ਸਵਾਲ ਪੁੱਛੇ ਤਾਂ ਉਹਨਾਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣਾ ਠੀਕ ਨਾ ਸਮਝਿਆ ਤੇ ਗੋਲ ਮੋਲ ਗੱਲਾਂ ਕਰਕੇ ਚਲੇ ਗਏ। ਦੱਸ ਦਈਏ ਕਿ ਆਸ਼ਾ ਕੁਮਾਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਨ ਤੇ ਹਿਮਾਚਲ ਪ੍ਰਦੇਸ਼ ਅਧੀਨ ਡਲਹੌਜ਼ੀ ਤੋਂ ਸਾਂਸਦ ਸਨ ਤੇ ਹੁਣ ਲੋਕ ਸਭਾ 2019 ਲਈ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਦਾਅਵੇਦਾਰ ਹਨ ਅਤੇ ਇਹਨਾਂ ਦਾ ਵਿਵਾਦਾਂ ਨਾਲ ਬਹੁਤ ਗਹਿਰਾ ਨਾਤਾ ਹੈ। ਆਸ਼ਾ ਕੁਮਾਰੀ ਨੂੰ 2011 'ਚ ਸੁਪਰੀਮ ਕੋਰਟ ਵੱਲੋਂ ਧੋਖੇਬਾਜ਼ੀ ਅਤੇ ਅਪਰਾਧਿਕ ਮਾਮਲਿਆਂ ਸੰਬੰਧੀ ਕੇਸ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ 2017 ਵੱਲੋਂ ਆਸ਼ਾ ਕੁਮਾਰੀ ਵੱਲੋਂ ਇੱਕ ਮਹਿਲਾ ਸਿਪਾਹੀ ਨੂੰ ਥੱਪੜ ਮਾਰਨ ਦੀ ਘਟਨਾ 'ਚ ਵੀ ਉਹਨਾਂ ਦਾ ਨਾਮ ਖੂਬ ਸੁਰਖੀਆਂ 'ਚ ਆਉਂਦਾ ਰਿਹਾ। ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਨੇ ਸੰਨੀ ਦਿਓਲ ਨੂੰ ਆਪਣਾ ਉਮੀਦਵਾਰ ਐਲਾਨਿਆ, ਜਿਸ ਤੋਂ ਬਾਅਦ ਸਿਆਸਤ ਤੇ ਹੋਰ ਰੰਗ ਫੜ ਲਿਆ। ਸੰਨੀ ਦਿਓਲ ਨੂੰ ਟਿਕਟ ਮਿਲਣ ਤੋਂ ਗੁਰਦਾਸਪੁਰ ਦੇ ਮੌਜੂਦਾ ਸਾਂਸਦ ਅਤੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਭਾਜਪਾ ਤੇ ਤਿੱਖੇ ਨਿਸ਼ਾਨੇ ਸਾਧੇ। ਇਨੀ ਦਿਨੀ ਗਰਮੀ ਦੇ ਤਾਪਮਾਨ 'ਚ ਲੋਕਾਂ ਨੂੰ ਇੰਨੀ ਗਰਮੀ ਨਹੀਂ ਲੱਗ ਰਹੀ ਜਿੰਨੀ ਗਰਮੀ ਇਸ ਸਮੇਂ ਸਿਆਸੀ ਬਿਆਨਬਾਜ਼ੀਆਂ 'ਚ ਮਹਿਸੂਸ ਹੋ ਰਹੀ ਹੈ। ਰਾਜਨੇਤਾਵਾਂ ਵੱਲੋਂ ਸੁੱਟੇ ਜਾ ਰਹੇ ਸ਼ਬਦੀ ਬੰਬਾਂ ਨਾਲ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਰਿਹਾ। ਠੀਕ ਇਸੇ ਤਰ੍ਹਾਂ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੀ ਆਮਦ ਤੇ ਵੇਖਣ ਨੂੰ ਮਿਲਿਆ। ਕਾਂਗਰਸੀ ਨੇਤਾ ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਦੇ ਸ਼ਬਦੀ ਲਾਵੇ ਨੇ ਸਿਆਸੀ ਕੰਧਾਂ ਤਰੇੜ ਦਿੱਤੀਆਂ। ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਵੱਲੋਂ ਸੰਨੀ ਦਿਓਲ ਦੀ ਆਮਦ ਤੇ ਸ਼ਬਦੀ ਤੀਰ ਛੱਡੇ ਅਤੇ ਵਿਰੋਧੀਆਂ ਨੂੰ ਵਿੰਨਣ ਦੀ ਕੋਈ ਕਸਰ ਨਾ ਛੱਡੀ। ਇੱਕ ਪਾਸੇ ਤਾਂ ਉਹਨਾਂ ਨੇ ਸੰਨੀ ਦਿਓਲ ਨੂੰ ਜੀਆਂ ਆਖਿਆ ਅਤੇ ਦੂਜੇ ਪਾਸੇ ਉਹਨਾਂ ਨੇ ਭਾਜਪਾ ਤੇ 2 ਮਹੀਨੇ ਤੋਂ ਉਮੀਦਵਾਰ ਐਲਾਨਣ ਦੇ ਸਸਪੈਂਸ ਤੇ ਵਿਅੰਗ ਕੱਸਿਆ। ਸ਼ਬਦਾਂ ਦਾ ਹੇਰ ਫੇਰ ਕਰਕੇ ਉਹਨਾਂ ਨੇ ਅਸਿੱਧੇ ਤੌਰ ਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਭਾਜਪਾ ਨੂੰ ਕੀ ਡਰ ਸੀ ਜੋ ਉਮੀਦਵਾਰ ਐਲਾਨਣ 'ਚ ਇੰਨਾ ਵਕਤ ਲਾਇਆ ਅਤੇ ਫਿਲਮੀ ਅਦਾਕਾਰ ਨੂੰ ਆਪਣੀ ਪਾਰਟੀ ਦੀ ਸ਼ਾਖ ਬਚਾਉਣ ਕਾਰਨ ਉਮੀਦਵਾਰ ਐਲਾਨਿਆ। ਭਾਜਪਾ ਨੂੰ ਵਿਅੰਗਮਈ ਵਧਾਈ ਦਿੱਤੀ ਤੇ ਕਿਹਾ ਕਿ ਚੰਗਾ ਹੋਇਆ ਕਿ ਭਾਜਪਾ ਨੂੰ ਇਸ ਸੀਟ ਲਈ ਕੋਈ ਉਮੀਦਵਾਰ ਤਾਂ ਮਿਲਿਆ। ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਲੜਾਈ ਵਿਅਕਤੀ ਵਿਸ਼ੇਸ਼ ਨਾਲ ਨਹੀਂ, ਭਾਵੇਂ ਨੇਤਾ ਹੋਵੇ ਜਾਂ ਅਭਿਨੇਤਾ, ਭਾਜਪਾ ਘਬਰਾਈ ਹੋਈ ਹੈ। ਚੋਣ ਮੈਦਾਨ 'ਚ ਨਿਤਰ ਕੇ ਹੀ ਭਾਜਪਾ ਨੂੰ ਇਸ ਗੱਲ ਦਾ ਅੰਦਾਜ਼ਾ ਹੋਵੇਗਾ। ਸੁਨੀਲ ਜਾਖੜ ਆਪਣੇ ਇਹਨਾਂ ਸ਼ਬਦਾਂ ਨਾਲ ਸਿੱਧੇ ਰੂਪ 'ਚ ਕੁਝ ਨਾ ਕਹਿੰਦੇ ਹੋਏ ਵੀ ਵਿਰੋਧੀਆਂ ਨੂੰ ਬਹੁਤ ਕੁਝ ਕਹਿ ਗਏ। ਦੇਖੋ, ਜਿੱਥੇ ਪਿਛਲੇ 2 ਮਹੀਨਿਆਂ ਦਾ ਇੱਕ ਸਸਪੈਂਸ ਬਣਾ ਰੱਖਿਆ, ਅੱਜ ਤਾਈਂ ਤਾਂ ਕੁੰਗਟ ਪੂਰਾ ਚੱਕਿਆ ਨਹੀਂ, ਅੱਜ ਤਾਈਂ ਤਾਂ ਪਾਰਟੀ 'ਚ ਜੁਆਇਨ ਹੋਏ ਹੈ, ਪਤਾ ਨਹੀਂ ਅੱਗੇ ਹੁਣ ਕੀ ਸਸਪੈਂਸ ਹੈ। ਆ ਜਾਣ ਦਿਓ, ਅਸੀਂ ਵੀ ਇੱਥੇ ਹਾਂ, ਉਹ ਵੀ ਆ ਜਾਣਗੇ। ਉਹਦੇ ਬਾਅਦ ਮੈਂ ਬੀਜੇਪੀ ਨੂੰ ਵਧਾਈ ਦੇਣਾ ਵੀ ਉਹਨਾਂ ਕੋਲ ਕੋਈ ਬੰਦਾ ਆਇਆ, ਉਹਨਾਂ ਨੇ ਕੋਈ ਉਹਨਾਂ ਦੇ ਘਰ 'ਚ ਕੋਈ ਨਾ ਕੋਈ ਬੰਦਾ ਆਇਆ, ਇਸ ਗੱਲ ਦਾ ਉਹਨਾਂ ਨੂੰ ਵਧਾਈ, ਸੰਨੀ ਦਿਓਲ ਜੀ ਨੂੰ ਵਧਾਈ। ਬਹੁਤ ਹੀ ਬਿਹਤਰੀਨ ਇਨਸਾਨ ਹੈ,
ਆਣਗੇ ਉਦੋਂ ਗੱਲ ਉਦੋਂ ਕਰਾਂਗੇ। ਮੈਂ ਸਾਰੀਆਂ ਗੱਲਾਂ ਕਰੂੰਗਾ ਸਾਹਿਬ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਤਾਂ ਖਿਲਾਫ਼ ਹੈ ਹੀ ਨਹੀਂ, ਮੈਂ ਤਾਂ ਸੋਚ ਦੀ ਗੱਲ ਕਰਦਾ। ਸਾਡੀ ਲੜਾਈ ਸੋਚ ਦੀ ਹੈ, ਆ ਜਾਣ ਨੇਤਾ, ਆ ਜੇ ਅਭਿਨੇਤਾ, ਆ ਜੇ ਉਹਦੇ ਬਾਅਦ ਗੱਲ ਕਰਾਂਗੇ। ਪਰ ਮੈਂ ਇੱਕ ਸਵਾਲ ਮੇਰੇ ਮਨ ਜਹਿਨ ਜੇ ਵਾਰ ਵਾਰ ਆਉਂਦਾ, ਬੀਜੇਪੀ ਵਾਲੇ ਇੰਨੇ ਘਬਰਾਏ ਹੋਏ ਕਿਉਂ ਆਏ? ਕਿਸ ਗੱਲ ਦਾ ਉਹਨਾਂ ਨੂੰ ਖੌਫ ਹੈ, ਕਿਸ ਗੱਲ ਦਾ ਡਰ ਹੈ? ਮੈਂ ਕੋਈ ਹਵਾ ਨਹੀਂ, ਗੁਰਦਾਸਪੁਰ ਦੇ ਲੋਕ ਬਹੁਤ ਹੀ ਵਧੀਆ ਬਿਹਤਰੀਨ ਇਨਸਾਨ ਹੈ, ਫਿਰ ਕਿਉਂ ਡਰੀ ਜਾਂਦੇ ਹੈ? ਕਿਸੇ ਨੂੰ ਉਤਾਰ ਦੇਣ, ਉਹਦੇ ਬਾਅਦ ਦੇਖੀ ਜੂਗੀ, ਉਹਦੇ ਬਾਅਦ ਕਰਦੇ ਗੱਲ। ਉੱਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਰੰਧਾਵਾ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਤਾਂ ਅਕਾਲੀ ਭਾਜਪਾ ਨੂੰ ਵਲੇਟੇ ਥੱਲੇ ਹੀ ਲੈ ਲਿਆ। ਕਿਹਾ ਕਿ ਮੁੰਬਈ ਤੋਂ ਅਦਾਕਾਰ ਬੁਲਾਉਣ ਦੀ ਕੀ ਲੋੜ ਸੀ, ਗੁਰਦਾਸਪੁਰ ਚ ਤਾਂ ਪਹਿਲਾਂ ਹੀ ਇੱਕ ਅਕਾਲੀ ਨੇਤਾ ਦੀ ਫਿਲਮ ਬਣ ਚੁੱਕੀ ਹੈ ਜਿਸ ਦੀ ਅਦਾਕਾਰੀ ਬਾ ਕਮਾਲ ਸੀ, ਅਕਾਲੀ ਭਾਜਪਾ ਉਸ ਨੂੰ ਹੀ ਮੈਦਾਨ ਚ ਉਤਾਰ ਦਿੰਦੇ। ਰੰਧਾਵਾ ਸਾਹਿਬ ਦੇ ਬਿਆਨ ਨੇ ਸਿਆਸੀ ਗਲਿਆਰਿਆਂ ਚ ਅੱਗ ਤੇ ਘਿਓ ਪਾਉਣ ਦਾ ਕੰਮ ਕੀਤਾ। ਮੈਂ ਉਹਨਾਂ ਨੇ ਕਹਿੰਦਾ ਕਿ ਫਿਲਮ ਤੁਸੀਂ ਇੱਥੇ ਕਹਿੰਦੇ ਫਿਲਮੀ ਕਲਾਕਾਰ ਆ ਗਿਆ, ਤੇ ਯਾਰ ਫਿਲਮ ਤੇ ਉਹਦੀ ਵੀ ਬਣੀ ਸੀ, ਤੇ ਉਹਦੇ ਤੋਂ ਵੱਡਾ ਫਿਰ ਕਿਹੜਾ ਕਲਾਕਾਰ ਹੋ ਸਕਦਾ? ਜਿਹੜੀ ਕੋਈ ਫਿਲਮ ਆਈ ਪਿੱਛੇ, ਤੇ ਜੇ ਉਹਨੂੰ ਜਿਹਨੂੰ ਉਹ ਕਹੀ ਜਾਂਦਾ ਕਿ ਮੈਂ ਉਹਦੀ ਮਾਫ਼ੀ ਮੰਗਣ ਚੱਲਿਆ, ਤੇ ਫਿਰ ਸਨੀ ਦਿਓਲ ਜੋ ਬੰਬੇ ਤੋਂ ਲੈ ਕੇ ਆਉਣੇ, ਤੇ ਲਾਗੋ ਬਾਦਲ ਸਾਹਿਬ ਦੇ ਦਿੰਦੇ, ਵਧੀਆ ਐਕਟਰ ਮਿਲ ਗਿਆ ਸੀ ਨਾਲ ਹੀ, ਵਾਹਿਗੁਰੂ ਦੀ ਕਿਰਪਾ ਰਹਿਣੀ। ਗੱਲ ਇਹ ਹੈ ਕਿ ਲੋਕ ਸਭਾ ਚੋਣ ਨਤੀਜਿਆਂ ਦੌਰਾਨ ਫਿਲਮ ਭਾਵੇਂ ਕਿਸੇ ਵੀ ਰਾਜਨੇਤਾ ਦੀ ਹਿੱਟ ਹੋਵੇ, ਪਰ ਹਰ ਰੋਜ਼ ਸਿਆਸਤ ਦੇ ਨਵੇਂ ਟ੍ਰੇਲਰ ਜਨਤਾ ਦਾ ਖੂਬ ਮਨੋਰੰਜਨ ਕਰ ਰਹੇ ਨੇ। ਗਿੱਦੜਬਾਹਾ ਤੋਂ ਵਿਧਾਇਕ ਅਤੇ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੁੜਿੰਗ ਦੀ ਇੱਕ ਰੈਲੀ ਵਿੱਚ ਬਿਜਲੀ ਜਾਣ ਤੇ ਹੰਗਾਮਾ ਹੋ ਗਿਆ। ਇੱਕ ਵਾਇਰਲ ਵੀਡੀਓ ਵਿੱਚ ਬਿਜਲੀ ਦੇ ਬੰਦ ਹੋਣ ਤੇ ਰਾਜਾ ਵੁੜਿੰਗ ਖੁਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ਤੇ ਉਲਝਦੇ ਨਜ਼ਰ ਆਏ। ਕੀ ਤੁਸੀਂ ਕਦੇ ਕਿਸੇ ਵਿਧਾਇਕ ਨੂੰ ਬਿਜਲੀ ਵਿਭਾਗ ਦੀਆਂ ਮਿੰਨਤਾਂ ਕਰਦੇ ਦੇਖਿਆ? ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਅਜਿਹਾ ਹੋਇਆ ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ। ਅਕਸਰ ਵਿਰੋਧੀਆਂ ਨੂੰ ਕਰੜੇ ਹੱਥੀ ਲੈਣ ਵਾਲੇ ਰਾਜਾ ਵੜਿੰਗ ਬਿਜਲੀ ਵਿਭਾਗ ਦੀਆਂ ਲੇਲੜੀਆਂ ਕੱਢਦੇ ਨਜ਼ਰ ਆਏ। ਬਠਿੰਡਾ ਲੋਕ ਸਭਾ ਸੀਟ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਇੰਨੀ ਦਿਨੀ ਬਠਿੰਡਾ ਹਲਕੇ 'ਚ ਚੋਣ ਪ੍ਰਚਾਰ ਕਰ ਰਹੇ ਨੇ, ਪਰ ਬਠਿੰਡਾ ਦੇ ਪਿੰਡ ਖੁੱਡੀਆਂ ਕਲਾਂ 'ਚ ਰਾਜੇ ਦੇ ਭਾਅ ਦੀ ਬਣ ਗਈ ਜਦੋਂ ਉਹਨਾਂ ਦੀ ਚੋਣ ਰੈਲੀ 'ਚ ਉਹਨਾਂ ਦੀ ਬੋਲਤੀ ਬੰਦ ਹੋ ਗਈ। ਦਰਅਸਲ ਉਹ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਬਿਜਲੀ ਗੁੱਲ ਹੋ ਗਈ ਤੇ ਉਹਨਾਂ ਦਾ ਸਪੀਕਰ ਬੰਦ ਹੋ ਗਿਆ। ਰਾਜਾ ਵੜਿੰਗ ਨੇ ਸਥਾਨਕ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਫੋਨ ਕਰਕੇ ਬਿਜਲੀ ਚਾਲੂ ਕਰਨ ਦੀ ਮੰਗ ਕੀਤੀ। ਕੁਝ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਵੀ ਬਿਜਲੀ ਨਹੀਂ ਆਈ। ਫਿਰ ਰਾਜਾ ਨੇ ਦੁਬਾਰਾ ਫੋਨ ਕੀਤਾ ਤੇ ਅੱਗੋਂ ਐਕਸੀਅਨ ਸਾਹਿਬ ਬੋਲੇ ਕਿ ਵਿਭਾਗ ਜਾਇਜ਼ਾ ਲੈ ਰਿਹਾ ਏ, ਤੇ ਰਾਜਾ ਵੜਿੰਗ ਦੇ ਤਾਂ ਹਵਾਈਆਂ ਤੋਤੇ ਹੀ ਉੱਡ ਗਏ ਤੇ ਉਹ ਕਦੋਂ ਹੁਕਮ ਦੇਣ ਤੋਂ ਮਿੰਨਤਾਂ ਤਰਲਿਆਂ ਤੇ ਉੱਤਰ ਆਏ ਇਹ ਉਹਨਾਂ ਨੂੰ ਵੀ ਪਤਾ ਨਹੀਂ ਲੱਗਾ। ਰਾਜਾ ਵੜਿੰਗ ਕਹਿ ਰਹੇ ਸਨ ਕਿ ਇੱਥੇ ਦਾ ਪ੍ਰਸ਼ਾਸਨ ਬਾਦਲ ਪਰਿਵਾਰ ਦੇ ਅਧੀਨ ਕੰਮ ਕਰ ਰਿਹਾ ਏ। ਹੁਣ ਸਵਾਲ ਖੜਾ ਹੁੰਦਾ ਹੈ ਕਿ ਬਾਦਲ ਪਰਿਵਾਰ ਨੂੰ ਹਿੱਕ ਠੋਕ ਕੇ ਵੰਗਾਰਨ ਵਾਲਾ ਰਾਜਾ ਪ੍ਰਸ਼ਾਸਨ ਅੱਗੇ ਕਿਉਂ ਹਾਰ ਗਿਆ? ਸੰਸਦ 'ਚ ਜਨਤਾ ਦੀ ਆਵਾਜ਼ ਬੁਲੰਦ ਕਰਨ ਦਾ ਢੰਡੋਰਾ ਪਿੱਟਣ ਵਾਲਾ ਰਾਜਾ ਵੜਿੰਗ ਦੀ ਆਪਣੀ ਆਵਾਜ਼ ਬਿਜਲੀ ਵਿਭਾਗ ਅੱਗੇ ਤਾਂ ਥੰਮ ਗਈ, ਤੇ ਉਹਨਾਂ ਤੋਂ ਜਨਤਾ ਦੀ ਵਾਗਡੋਰ ਕਿੱਥੋਂ ਸੰਭਾਲੀ ਜਾਏਗੀ? ਨਸ਼ਾ ਤਸਕਰਾਂ ਦੇ ਕਾਰੋਬਾਰ ਦਾ ਲੱਕ ਤੋੜਨ ਲਈ ਪੰਜਾਬ ਪੁਲਿਸ ਵੱਲੋਂ ਚਲਾਈ ਮੁਹਿੰਮ ਦੌਰਾਨ ਮੋਗਾ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ, ਜਿਸ ਵਿੱਚ ਇੱਕ ਨਸ਼ਾ ਤਸਕਰ ਨੂੰ 1.5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਇਹ ਗ੍ਰਿਫਤਾਰੀ ਕਾਊਂਟਰ ਇੰਟੈਲੀਜੈਂਸੀ ਵਿਭਾਗ ਜਲੰਧਰ ਦੀ ਇੱਕ ਖੁਫੀਆ ਜਾਣਕਾਰੀ ਤੇ ਹੋਈ। ਨਸ਼ੇ ਦੇ ਦੈਂਤ ਨੇ ਪੰਜਾਬ ਦੀ ਨੌਜਵਾਨੀ ਨੂੰ ਨਿਗਲ ਲਿਆ ਹੈ। ਪੰਜਾਬ 'ਚ ਨਸ਼ੇ ਨੇ ਇਸ ਕਦਰ ਆਪਣੇ ਪੈਰ ਪਸਾਰ ਲਏ ਹਨ ਕਿ ਨਿੱਤ ਦਿਹਾੜੇ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ, ਤੇ ਪੰਜਾਬ 'ਚ ਕੋਈ ਨਾ ਕੋਈ ਨਸ਼ਾ ਤਸਕਰ ਫੜੇ ਜਾਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਨੇ। ਪੰਜਾਬ ਮਹਿਫੂਜ਼ ਨਹੀਂ, ਨਾ ਹੀ ਨਸ਼ੇ ਤੋਂ, ਨਾ ਤਸਕਰਾਂ ਤੋਂ, ਤੇ ਨਾ ਹੀ ਹਕੂਮਤਾਂ ਤੋਂ। ਮੋਗਾ ਪੁਲਿਸ ਨੇ ਵੀ 1.5 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਮੋਗਾ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਕਾਊਂਟਰ ਇੰਟੈਲੀਜੈਂਸ ਵਿਭਾਗ ਜਲੰਧਰ ਨਾਲ ਮਿਲ ਕੇ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ DSP ਰਛਪਾਲ ਸਿੰਘ ਨੇ ਦੱਸਿਆ ਕਿ ਚੋਣ ਜ਼ਾਬਤੇ ਦੇ ਮੱਦੇਨਜ਼ਰ ਸੂਬੇ ਅੰਦਰ ਚੌਕਸੀ ਵਧਾਈ ਗਈ ਹੈ ਅਤੇ ਉਹਨਾਂ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਨਾਕੇਬੰਦੀ ਕੀਤੀ ਗਈ, ਜਿਸ ਤੋਂ ਬਾਅਦ ਮੁਲਜ਼ਮ, ਜਿਸ ਦੀ ਪਛਾਣ ਗੁਰੰਗ ਵਾਸੀ ਦਾਰਜਲਿੰਗ ਵਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਵੇਟਰ ਹੈ, ਨੂੰ ਗ੍ਰਿਫਤਾਰ ਕੀਤਾ। ਉਸ ਦੇ ਕੋਲੋਂ 1.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 7.5 ਕਰੋੜ ਹੈ। ਜਾਂਚ ਦੌਰਾਨ ਪਤਾ ਲੱਗਾ ਇਹ ਹੈਰੋਇਨ ਮੋਗਾ ਦੇ ਪਿੰਡ ਦੋਲੇਵਾਲਾ ਦੇ ਨਿਵਾਸੀ ਬਲਵੰਤ ਸਿੰਘ ਨੂੰ ਦਿੱਤੀ ਜਾਣੀ ਸੀ, ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ। ਇਲੈਕਸ਼ਨ ਕੋਡ ਲੱਗਾ ਹੋਇਆ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਕਾਊਂਟਰ ਇੰਟੈਲੀਜੈਂਸ ਪੁਲਿਸ ਅਤੇ ਮੋਗਾ ਪੁਲਿਸ ਨੇ ਮਿਲ ਕੇ ਅੱਜ ਜਿਹੜੀ ਹੈਗੀ ਆ ਰਿਤੇਸ਼ ਗੁਰਮ, ਨਵੀਂ ਦਿੱਲੀ ਦਾ ਬੰਦਾ ਆ, ਪਿੱਛੋਂ ਇਹ ਪੱਛਮੀ ਬੰਗਾਲ ਦਾ ਦਾਰਜੀਲਿੰਗ ਦਾ ਰਹਿਣ ਵਾਲਾ ਆ, ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਆ 1.5 ਕਿਲੋ ਹੀਰੋਇਨ
ਦੇ ਨਾਲ। ਕਹਾਂ ਸੇ ਲੈਕੇ ਆ ਰਹਾ ਤੁਸੀਂ? ਇਹ ਨਵੀਂ ਦਿੱਲੀ ਸੇ ਲੈਕੇ ਆ ਰਹਾ ਥਾ। ਤੇ ਕਿੰਨੀ ਕੀਮਤ ਕਿੰਨੀ ਹੋਗੀ ਇਸਕੀ? ਤਕਰੀਬਨ 7.5 ਕਰੋੜ ਰੁਪਏ ਇਸਕੀ ਕੀਮਤ ਹੋਗੀ। ਕਹਾਂ ਸਪਲਾਈ ਕਰਨੀ ਸੀ? ਜੇ ਦੌਲੇ ਵਾਲਾ ਪਿੰਡ ਮੈਂ ਸਪਲਾਈ ਕਰਨੀ ਸੀ ਇਸਨੇ ਬਲਵੰਤ ਸਿੰਘ ਵਗੈਰਾ। ਸਰ ਅਭੀ ਜਾਂਚ ਮੇਂ ਕਿਆ ਸਾਹਮਨੇ ਆਇਆ ਹੈ ਇਸਕੇ ਸਾਥ ਕਿਤਨੇ ਸਰ ਜੀ ਗੈਂਗ ਕਿਤਨੇ ਲੋਗੋਂ ਕਾ ਹੈ? ਅਭੀ ਇਨਵੈਸਟੀਗੇਸ਼ਨ ਕਰ ਰਹੇ ਹੈ, ਇਨਵੈਸਟੀਗੇਸ਼ਨ ਕੇ ਬਾਅਦ ਹੀ ਇਸਕੇ ਗੈਂਗ ਕਾ ਪਤਾ ਚੱਲ ਪੜੇਗਾ। ਬਟਾਲਾ ਸਿਵਲ ਲਾਈਨ ਥਾਣੇ 'ਚੋਂ ਇੱਕ ਚੋਰ ਦੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਥਾਣੇ ਦਾ ਘਿਰਾਓ ਕਰਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪੁਲਿਸ ਦੀ ਖਾਕੀ ਵਰਦੀ ਅਕਸਰ ਹੀ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ, ਅਕਸਰ ਹੀ ਉਸਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਲੱਗ ਜਾਂਦੇ ਨੇ। ਇਸ ਵਾਰ ਪੁਲਿਸ ਦੀ ਲਾਪਰਵਾਹੀ ਕਾਰਨ ਚੋਰ ਦੇ ਹਵਾਲਾਤ 'ਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਟਾਲਾ 'ਚ ਵੱਧ ਰਹੀਆਂ ਚੋਰੀਆਂ ਨੂੰ ਦੇਖਦੇ ਹੋਏ ਲੋਕਾਂ ਨੇ ਚੌਕਸੀ ਵਰਤਦਿਆਂ ਪ੍ਰਦੀਪ ਨਾਂ ਦੇ ਚੋਰ ਤੋਂ ਫੜ ਕੇ ਬਟਾਲਾ ਸਿਵਲ ਲਾਈਨ ਥਾਣਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਅਗਲੇ ਹੀ ਦਿਨ ਦੁਪਹਿਰ ਬਾਅਦ ਪੁਲਿਸ ਦੁਆਰਾ ਆਪਣੀ ਡਿਊਟੀ ਦੌਰਾਨ ਵਰਤੀ ਗਈ ਅਣਗਹਿਲੀ ਦੀ ਵਜ੍ਹਾ ਨਾਲ ਚੋਰ ਥਾਣੇ ਦੀ ਹਵਾਲਾਤ 'ਚੋਂ ਫਰਾਰ ਹੋ ਗਿਆ, ਜਿਸ ਨੂੰ ਲੈ ਕੇ ਲੋਕਾਂ ਨੇ ਥਾਣੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਸੰਬੰਧਿਤ ਪੁਲਿਸ ਮੁਲਾਜ਼ਮਾਂ ਖਿਲਾਫ ਐਸਪੀਡੀ ਕੁਲਵੰਤ ਸਿੰਘ ਨੂੰ ਸ਼ਿਕਾਇਤ ਕੀਤੀ। ਇਸ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਐਸਪੀਡੀ ਵੱਲੋਂ ਸੰਬੰਧਿਤ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹਿਦਾਇਤ ਦਿੱਤੀ ਤੇ ਨਾਲ ਹੀ ਕਿਹਾ ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇ। ਦੇਖੋ ਇਹਦੇ ਵਿੱਚ ਇਹ ਆ ਵੀ ਸਾਡੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੋਈ ਅਸੀਂ ਡੇਲੀ ਕੋਈ ਨਾ ਕੋਈ ਸ਼ੱਕੀ ਸ਼ਬੰਦ ਪੁੱਛਗਿੱਛ ਵਾਸਤੇ ਸਾਦੇ ਰਹਿੰਦੇ ਹਾਂ ਅਤੇ ਇਹ ਵੀ ਪ੍ਰਦੀਪ ਕੁਮਾਰ ਵੀ ਜਿਹੜਾ ਹੈਗਾ ਉਹਨੂੰ ਸ਼ੱਕ ਦੇ ਆਧਾਰ 'ਤੇ ਲਿਆਂਦਾ ਸੀਗਾ ਅਤੇ ਉਹਦੀ ਪੁੱਛਗਿੱਛ ਉਹਦੀ ਗਾਂਹ ਕੀਤੀ ਜਾਊਗੀ। ਉਹ ਹੋ ਸਕਦਾ ਅੱਜ ਦੱਸਿਆ ਜੋ ਮੈਨੂੰ ਵੀ ਪੁਲਿਸ ਸਟੇਸ਼ਨ 'ਚੋਂ ਕਿਤੇ ਸਲਿੱਪ ਕਰ ਗਿਆ ਅਤੇ ਜਿਹਦੀ ਦੁਬਾਰਾ ਭਾਲ ਕੀਤੀ ਜਾ ਰਹੀ ਹੈ। ਦੇਖੋ ਇਹਦੇ ਵਿੱਚ ਅਗਰ ਕਿਸੇ ਦੀ ਨੈਗਲੀਜੈਂਸੀ ਪਾਈ ਗਈ ਹੈ ਉਹਨੂੰ ਵੀ ਉਹ ਕਿਵੇਂ ਪੁਲਿਸ ਸਟੇਸ਼ਨ ਬਾਹਰ ਨਿਕਲ ਗਿਆ ਪੁੱਛਗਿੱਛ ਦੌਰਾਨ ਅਤੇ ਉਹ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਕੀਰਤਨੀ ਜਥਿਆਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰਬਾਣੀ ਸ਼ਬਦ ਨਾਲ ਜੋੜਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰੂ ਘਰ 'ਚ ਦੂਰ ਦੁਰਾਡੇ ਤੋਂ ਸ਼ਰਧਾਲੂ ਨਮਸਤਕ ਹੋਣ ਲਈ ਪਹੁੰਚੇ। ਉੱਥੇ ਹੀ ਪ੍ਰਕਾਸ਼ ਪੁਰਬ ਮੌਕੇ ਕੀਰਤਨੀ ਜਥੇ ਵੱਲੋਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਜਿੱਥੇ ਇਸ ਸਮਾਗਮ 'ਚ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ, ਉੱਥੇ ਹੀ ਦੂਰੋਂ ਦੂਰੋਂ ਪਹੁੰਚੀਆਂ ਸੰਗਤਾਂ ਨੇ ਗੁਰੂ ਤੇਗ ਬਹਾਦਰ ਦੇ ਜੀਵਨ ਬਾਰੇ ਵੀ ਜਾਣਿਆ। ਦਾਸ ਦਾ ਨਾਂ ਸਤਨਾਮ ਸਿੰਘ ਟਾਂਡਾ, ਦਾਸ ਚੰਡੀਗੜ੍ਹ ਦੇ ਲਾਗੇ ਨਗਰ ਪਿੰਡ ਟਾਂਡਾ ਕਰੋੜਾਂ ਤੋਂ ਆਇਆ। ਅੱਜ ਇੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੌਥੇ ਸਪੁੱਤਰ ਸਨ, ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ, ਜਿਨ੍ਹਾਂ ਨੇ ਤਿਲਕ ਤੇ ਜੰਜੂ ਦੀ ਰੱਖਿਆ ਦੇ ਲਈ ਜਦੋਂ ਕਸ਼ਮੀਰੀ ਪੰਡਿਤਾਂ ਨੇ ਆ ਕੇ ਗੁਰੂ ਸਾਹਿਬ ਨੂੰ ਫਰਿਆਦ ਕੀਤੀ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ, ਗੁਰੂ ਸਾਹਿਬ ਨੇ ਕਹਿਣਾ ਕੀਤਾ ਕਿ ਇਸ ਧਰਮ ਦੀ ਰੱਖਿਆ ਦੇ ਲਈ ਕਿਸੇ ਬਲੀ ਪੁਰਸ਼ ਨੂੰ ਬਲੀਦਾਨ ਦੇਣਾ ਪਏਗਾ। ਨੌਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਕਿ ਉਸ ਵੇਲੇ ਆਪਣੇ ਬਾਲ ਅਵਸਥਾ ਦੇ ਵਿੱਚ ਸਨ ਅਤੇ ਗੁਰੂ ਸਾਹਿਬ ਦੇ ਨੇੜੇ ਖੜ੍ਹੇ ਸਨ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਆਪ ਜੀ ਤੋਂ ਵੱਡਾ ਬਲੀਦਾਨੀ ਕੌਣ ਹੋ ਸਕਦਾ ਹੈ। ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਦੇ ਲਈ ਆਪਣਾ ਬਲੀਦਾਨ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸਾਕਾ, ਸਾਦਤ ਹੈ ਤੇ ਤੀਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਸ਼ਹੀਦੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਕੇਵਲ ਆਪਣੇ ਧਰਮ ਦੇ ਲਈ ਨਹੀਂ ਦੂਜੇ ਧਰਮ ਦੀ ਰੱਖਿਆ ਦੇ ਲਈ ਵੀ ਆਪਣਾ ਜਿਹੜਾ ਬਲੀਦਾਨ ਦਿੱਤਾ ਜਾ ਸਕਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਲਸਾਨੀ ਸ਼ਹਾਦਤ ਨੂੰ ਜਿੱਥੇ ਸਾਰੀ ਸੰਗਤ ਸਿੱਖ ਕੌਮ ਸਿੱਜਦਾ ਕਰਦੀ ਹੈ, ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਵੀ ਮੁੱਖ ਰੱਖਦਿਆਂ ਸੰਗਤਾਂ ਦੂਰ ਦੁਰਾਡਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਉੱਚੇ ਤੌਰ 'ਤੇ ਅੱਜ ਇੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਪੁੱਜੀਆਂ ਨੇ। ਸਮੁੱਚੇ ਸਿੱਖ ਜਗਤ ਨੂੰ ਦਾਸ ਸਤਨਾਮ ਸਿੰਘ ਟਾਂਡਾ ਵੱਲੋਂ ਇਸ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਭਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ, ਗੁਰਮਤ ਅਨੁਸਾਰ ਸਾਰੇ ਸਿੱਖੀ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨ, ਮਨੁੱਖਤਾ ਦੀ ਸੇਵਾ ਨੂੰ ਹੀ ਸੱਚਾ ਅਤੇ ਸੁੱਚਾ ਸਮਝਣ, ਆਪਸੀ ਪ੍ਰੇਮ ਪਿਆਰ ਮਿਲਾਪ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਲੇਟਿਨ ਦੇ ਅਖੀਰ ਵਿੱਚ ਨਜ਼ਰ ਮਾਰਦੇ ਹਾਂ ਇੱਕ ਵਾਰ ਫਿਰ ਤੋਂ ਮੁੱਖ ਖਬਰਾਂ ਤੇ। ਸੰਤੋਸ਼ ਚੌਧਰੀ ਨੂੰ ਮਨਾਉਣ ਗਏ ਆਸ਼ਾ ਕੁਮਾਰੀ ਪਰਤੇ ਬੇਰੰਗ। ਸੰਨੀ ਦਿਓਲ ਨੂੰ ਉਮੀਦਵਾਰ ਐਲਾਨੇ ਜਾਣ ਤੇ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ। ਰਾਜਾ ਵੜਿੰਗ ਦੀ ਰੈਲੀ 'ਚ ਬਿਜਲੀ ਜਾਣ ਤੇ ਖੱਜਲ ਹੋਏ ਰਾਜਾ ਵੜਿੰਗ।
ਮੋਗਾ ਚ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 1.5 ਕਿਲੋ ਹੈਰੋਇਨ ਸਣੇ ਇੱਕ ਤਸਕਰ ਕਾਬੂ। ਬਟਾਲਾ ਥਾਣੇ ਚੋਂ ਚੋਰ ਹੋਇਆ ਫਰਾਰ, ਪੁਲਿਸ ਦੀ ਕਾਰਗੁਜ਼ਾਰੀ ਹੋਈ ਸਵਾਲੀਆ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਲਈ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।